ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਅਮਨ ਕੌਰ ਫਿਰ ਤੁਹਾਡੇ ਸਾਰਿਆਂ ਦੇ ਨਾਲ ਆ ਸਾਕ ਮੂਵੀ ਦੇ ਸੈੱਟ ਤੇ ਗੱਲਬਾਤ ਕਰਦੇ ਹਾਂ ਜੀ ਅਸੀਂ ਸਾਕ ਮੂਵੀ ਦੇ ਮੇਨ ਆਰਟਿਸਟਾਂ ਦੇ ਨਾਲ ਜਿਹੜੇ ਮੂਵੀ ਦੇ ਵਿੱਚ ਜਿੰਚਾਂ ਡਾ ਪਾ ਰਹੇ ਨੇ ਕਰੈਕਟਰਸ ਨੂੰ ਨਿਭਾ ਰਹੇ ਨੇ ਬਹੁਤ ਪਿਆਰੇ ਪਿਆਰੇ ਕਰੈਕਟਰਸ ਪਲੇਅ ਕਰ ਰਹੇ ਨੇ ਅਤੇ ਮੇਰੇ ਨਾਲ ਨੇ ਇਸ ਟਾਈਮ ਮੇਨ ਲੀਡ ਲੜਕੀ ਦੇ ਫਾਦਰ ਸਾਹਿਬ ਜੋ ਵੀ ਕਿਸੇ ਵੀ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਆ ਜੀ ਜਿਨ੍ਹਾਂ ਨੇ ਬਾਲੀਵੁੱਡ ਤੋਂ ਲੈ ਕੇ ਪੰਜਾਬੀ ਫਿਲਮ ਇੰਡਸਟਰੀ ਤੱਕ ਇੱਕ ਅਹਿਮ ਨਾਮ ਕਮਾਇਆ ਹੈ ਇੱਕ ਜਿਹਨੂੰ ਕਹਿੰਦੇ ਅਸੀਂ ਤੱਕੜ ਦਮਦਾਰ ਕਰੈਕਟਰ ਜਿਹੜੇ ਨੇ ਉਹ ਪਲੇਅ ਕੀਤੇ ਨੇ ਬਾਲੀਵੁੱਡ ਦੇ ਵਿੱਚ ਵੀ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਵੀ ਸੋ ਮੈਂ ਤੁਹਾਨੂੰ ਨਾਮ ਦੱਸ ਦਿੰਦੀ ਹਾਂ ਜੀ ਮੇਰੇ ਨਾਲ ਨੇ ਮਹਾਂਵੀਰ ਭੁੱਲਰ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜਾਣਦੇ ਹਾਂ ਉਹਨਾਂ ਦੇ ਕੋਲੋਂ ਫਿਲਮੀ ਸਫ਼ਰ ਦੇ ਬਾਰੇ ਅਤੇ ਉਹਨਾਂ ਦੀ ਅਸਲ ਜ਼ਿੰਦਗੀ ਦੇ ਸਫ਼ਰ ਦੇ ਬਾਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਹਾਂਵੀਰ ਭੁੱਲਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਆਪਣਾ ਕੀਮਤੀ ਟਾਈਮ ਦਿੱਤਾ ਉਹ ਵੀ ਮੂਵੀ ਦੇ ਸੈੱਟ 'ਤੇ ਬਹੁਤ ਬਹੁਤ ਥੈਂਕ ਯੂ ਸੋ ਮਚ ਤੁਹਾਡਾ ਕਰਦੀ ਹਾਂ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹੀ ਪੁੱਛਾਂਗੀ ਕਿ ਤੁਸੀਂ ਬਾਲੀਵੁੱਡ ਦੇ ਵਿੱਚ ਵੀ ਔਰ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਵੀ ਨੀਅਰ ਅਬਾਊਟ 55 ਪਲੱਸ ਮੂਵੀਜ਼ ਕਰ ਚੁੱਕੇ ਹੋ ਫਿਲਮੀ ਸਫ਼ਰ ਕਿੱਦਾਂ ਦਾ ਰਿਹਾ ਹੁਣ ਤੱਕ ਦਾ ਮੈਂ 86 ਦੇ ਵਿੱਚ ਡਰਾਮਾ ਸਕੂਲ ਤੋਂ ਪਾਸ ਆਊਟ ਹੋਣ ਤੋਂ ਬਾਅਦ ਬੰਬੇ ਚਲੇ ਗਿਆ ਸੀਗਾ ਔਰ ਮੈਂ 2001 ਤੱਕ ਉੱਥੇ ਰਿਹਾ ਲਾਸਟ ਮੂਵੀ ਮੇਰੀ ਸੀਗੀ ਸ਼ਕਤੀ ਦਾ ਪਾਵਰ ਉਸ ਤੋਂ ਪਹਿਲਾਂ ਘਾਇਲ ਦਾਮਨੀ ਜੀਤ ਵਿਸ਼ਨੂੰ ਦੇਵਾ ਬਾਰਡਰ ਔਰ ਮੇਰੀ ਪਹਿਲੀ ਮੂਵੀ ਸੀਗੀ ਮਿਰਚ ਮਸਾਲਾ ਉਹ 86 ਦੀ ਗੱਲ ਹੈ ਅੱਛਾ ਮਿਰਚ ਮਸਾਲੇ ਨੇ ਐਸਾ ਮਿਰਚ ਮਸਾਲਾ ਲਾਇਆ ਕਿ ਕੰਟੀਨਿਊ ਮੂਵੀਜ਼ 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 ਇੱਕ ਪੂਰਾ ਪੂਰੇ ਇੱਕ ਕਹਿ ਸਕਦੇ ਤੁਸੀਂ ਮਿਕਸ ਵੈਜ ਤਿਆਰ ਕਰਤੀ ਤੁਸੀਂ ਮੂਵੀਜ਼ ਦੀ ਜੀ ਜੀ ਬਿਲਕੁਲ ਬਿਲਕੁਲ ਜੀ ਔਰ 2001 ਦੇ ਵਿੱਚ ਘਰ ਕੁਝ ਪ੍ਰੋਬਲਮ ਹੋ ਗਈ ਸੀ ਮੈਨੂੰ ਵਾਪਸ ਆਉਣਾ ਪਿਆ ਜੀ ਉਦੋਂ ਇੱਥੇ ਕੁਝ ਜ਼ਿਆਦਾ ਫਿਲਮਾਂ ਪੰਜਾਬੀ ਨਹੀਂ ਸੀ ਬਣ ਰਹੀਆਂ ਔਰ ਕਾਫੀ ਸਾਲ ਇੱਕ ਤਰ੍ਹਾਂ ਦਾ ਅਗਿਆਤਵਾਸ ਵਾਂਗ ਹੀ ਸੀਗਾ ਉਹਦੇ ਵਿੱਚ ਅੰਮ੍ਰਿਤਸਰ ਥੀਏਟਰ ਕਰਦਾ ਰਿਹਾ ਔਰ ਫਿਰ 2013 ਤੋਂ ਦੁਬਾਰਾ ਅਲੱਗ ਤਰ੍ਹਾਂ ਦੀਆਂ ਫਿਲਮਾਂ ਥੋੜ੍ਹੀਆਂ ਬਣਨੀਆਂ ਸ਼ੁਰੂ ਹੋਈਆਂ ਔਰ ਕਾਫੀ ਮਜ਼ਾ ਆ ਰਿਹਾ ਜੀ ਇੱਕ ਨਵਾਂ ਦੌਰ ਸ਼ੁਰੂ ਹੋ ਗਿਆ ਪੰਜਾਬੀ ਫਿਲਮ ਇੰਡਸਟਰੀ ਦਾ ਪੰਜਾਬੀ ਫਿਲਮ ਇੰਡਸਟਰੀ ਜਿਹੜੀ ਦੁਬਾਰਾ ਸੁਰਜੀਤ ਹੋਈ ਹੈ ਉਸ ਦੌਰਾਨ ਉਸ ਟਾਈਮ ਦੇ ਵਿੱਚ ਜੀ ਭੁੱਲਰ ਸਾਹਿਬ ਮੈਂ ਤੁਹਾਡੇ ਪਿਛੋਕੜ ਬਾਰੇ ਜ਼ਰੂਰ ਜਾਣਨਾ ਚਾਹਾਂਗੀ ਕਿਉਂਕਿ ਜਦੋਂ ਕੋਈ ਵੀ ਪਰਸਨ ਇੱਕ ਨਾਮ ਬਣਾ ਲੈਂਦਾ ਹੈ ਨੀਅਰ ਅਬਾਊਟ 55 ਤੋਂ 60-70 ਤੱਕ ਮੂਵੀਜ਼ ਕਰ ਜਾਂਦਾ ਹੈ ਅਤੇ ਉਹ ਇਨਸਾਨ ਕਿੱਥੇ ਬੋਰਨ ਹੋਇਆ ਉਹਨੇ ਕਿੱਥੋਂ ਐਜੂਕੇਸ਼ਨ ਲਿੱਤੀ ਔਰ ਇੰਡਸਟਰੀ 'ਚ ਕਿੱਦਾਂ ਆਇਆ ਉਹ ਵੀ ਉਸ ਵਕਤ ਜਦੋਂ ਸਾਡੇ ਘਰਾਂ ਦੇ ਵਿੱਚੋਂ ਨਿਕਲ ਕੇ ਖੇਤੀਬਾੜੀ ਨੂੰ ਛੱਡ ਕੇ ਬਾਹਰ ਨਿਕਲਣਾ ਬੜਾ ਮੁਸ਼ਕਿਲ ਸੀ ਉਸ ਟਾਈਮ ਉਹ ਵੀ ਫਿਲਮ ਇੰਡਸਟਰੀ ਇਹਨਾਂ ਦੋਨਾਂ ਦਾ ਤੁਸੀਂ ਕਿੱਦਾਂ ਮੈਚ ਕੀਤਾ ਦੋਨਾਂ ਨੂੰ ਕਿੱਦਾਂ ਕੰਪੇਅਰ ਕੀਤਾ ਕਿੱਦਾਂ ਦੋਨਾਂ ਇੰਡਸਟਰੀ 'ਚ ਕੰਮ ਕੀਤਾ ਘਰ ਦੇ ਨਾਲ ਵੀ ਔਰ ਫਿਲਮ ਇੰਡਸਟਰੀ 'ਚ ਵੀ ਮੇਰਾ ਪਿੰਡ ਭੁੱਲਰ ਹੈ ਜੀ ਤਰਨ ਤਾਰਨ ਤੋਂ 5 ਕਿਲੋਮੀਟਰ ਦੂਰ ਅੱਛਾ ਮਾਝੇ ਦੇ ਹੋ ਹਾਂਜੀ ਹਾਂਜੀ ਕੀ ਬਾਤ ਹੈ ਸਾਰੇ ਮਾਝੇ ਮੈਂ ਵੀ ਮਾਝੇ ਦੀ ਹਾਂ ਸਾਰੇ ਤੇ ਉਦੋਂ ਐਜੂਕੇਸ਼ਨ ਦਾ ਸਿਸਟਮ ਅਜੇ ਥੋੜ੍ਹਾ ਜਿਹਾ ਫੈਲਾਓ ਹੋ ਹੀ ਰਿਹਾ ਸੀ ਜਦੋਂ ਬੇਸਿਕ 5ਵੀਂ ਤੱਕ ਪਿੰਡੋਂ ਪੜ੍ਹਿਆ ਮੈਂ ਹਾਂਜੀ ਔਰ 8ਵੀਂ ਤੱਕ ਲਾਗੇ ਸਾਡੇ ਪਿੰਡ ਬਾਠ ਹੈ ਕੋਈ 2 ਕਿਲੋਮੀਟਰ 'ਤੇ ਉੱਥੋਂ ਪੜ੍ਹਿਆ ਜੀ ਫਿਰ ਮੰਡੀ ਵਾਲੇ ਸਕੂਲ ਤਰਨ ਤਾਰਨ ਉੱਥੋਂ ਦਸਵੀਂ ਕੀਤੀ ਫਿਰ ਖਾਲਸਾ ਕਾਲਜ ਅੰਮ੍ਰਿਤਸਰ ਚਲ ਗਿਆ BSc ਕਰਕੇ ਮੈਂ ਐਮਏ ਡਰਾਮੈਟਿਕਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਆ ਗਿਆ ਜੀ ਉਸ ਤੋਂ ਬਾਅਦ ਨੈਸ਼ਨਲ ਸਕੂਲ ਆਫ ਡਰਾਮਾ 81-84 ਔਰ 86 ਤੋਂ ਫਿਰ ਬੰਬੇ ਚਲ ਗਿਆ ਇੱਕ ਛੋਟਾ ਜਿਹਾ ਸਫ਼ਰ ਹੈ ਮਤਲਬ ਨੀਅਰ ਅਬਾਊਟ ਜਿਹੜਾ 86 ਤੋਂ ਲੈ ਕੇ 2018-19 ਸਟਾਰਟ ਹੋਣ ਵਾਲਾ ਹੈ ਜੀ 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 ਇਹ ਤੱਕ ਪਹੁੰਚਦਾ ਪਹੁੰਚਦਾ ਬੜਾ ਛੋਟਾ ਜਿਹਾ ਸਫ਼ਰ ਤੁਸੀਂ ਤੈਅ ਕੀਤਾ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਪਲੇ ਕੀਤਾ ਕੀ ਬਾਤ ਹੈ ਜੀ ਤੁਹਾਡੀ ਰੀਅਲ ਲਾਈਫ ਔਰ ਰੀਅਲ ਲਾਈਫ ਦੋਨਾਂ ਦੇ ਵਿੱਚ ਬੈਲੈਂਸ ਜਿਹੜਾ ਹੈ ਕਿੱਦਾਂ ਬਣਾ ਕੇ ਰੱਖਦੇ ਹੋ ਇਹ ਮੈਂ ਇਸ ਲਈ ਪੁੱਛ ਰਹੀ ਹਾਂ ਕਿ ਸਾਡੇ ਪੁਰਾਣੇ ਆਰਟਿਸਟ ਜਿਹੜੇ ਨੇ ਉਹਨਾਂ ਤੋਂ ਸਾਨੂੰ ਨਵਿਆਂ ਨੂੰ ਕੁਛ ਸਿੱਖਣ ਨੂੰ ਮਿਲ ਜਾਵੇ ਕਿ ਇੱਕ ਜਿਹੜੀ ਘਰ ਵਾਲੀ ਜ਼ਿੰਦਗੀ ਉਹਨੂੰ ਔਰ ਜਿਹੜੀ ਪ੍ਰੋਫੈਸ਼ਨਲ ਲਾਈਫ ਆ ਉਹਨੂੰ ਦੋਨਾਂ ਨੂੰ ਕਿੱਦਾਂ ਉਹਨਾਂ 'ਚ ਬੈਲੈਂਸ ਬਣਾਉਣਾ ਹੈ ਦੇਖੋ ਜੀ ਇੱਕ ਜੱਟ ਫੈਮਿਲੀ ਨੂੰ ਬਿਲੋਂਗ ਕਰਦਾ ਮੈਂ ਖੇਤੀਬਾੜੀ ਪਿਤਾ ਪੁਰਖੀ ਇੱਕ ਕਿੱਤਾ ਵਾ ਸਾਡਾ ਜੀ ਬਿਲਕੁਲ ਔਰ ਉਹ ਕਿੱਤਾ ਮੈਂ ਇੱਥੋਂ ਕਰਦਾ ਗਿਆ ਸੀ ਬੰਬੇ ਤੋਂ ਵਾਪਸ ਆ ਕੇ 2001 'ਚ ਖੇਤੀਬਾੜੀ ਨਾਲ ਬਹੁਤ ਚੰਗੀ ਤਰ੍ਹਾਂ ਅੱਜ ਵੀ ਜੁੜਿਆ ਮੈਂ ਔਰ ਜਦੋਂ ਮੈਨੂੰ ਮੌਕਾ ਮਿਲਦਾ ਉੱਥੇ ਆਪਣਾ ਕੰਮ ਮੈਂ ਬਾਖੂਬੀ ਕਰਦਾ ਰਹਿੰਦਾ ਔਰ ਸ਼ੂਟਿੰਗ ਤੋਂ ਸਿੱਧਾ ਹੀ ਬੰਬੀ 'ਤੇ ਅੱਛਾ ਸ਼ੂਟਿੰਗ ਤੋਂ ਸਿੱਧਾ ਬੰਬੀ 'ਤੇ ਕੀ ਬਾਤ ਆ ਮਤਲਬ ਫਿਲਮ ਦੇ ਸੈੱਟ ਤੋਂ ਜਿਹੜਾ ਤੁਹਾਡਾ ਜਹਾਜ਼ ਆ ਉਹ ਸਿੱਧਾ ਖੇਤਾਂ 'ਚ ਲੈਂਡ ਕਰਦਾ ਹੈ ਜੀ 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 ਤੇ ਇੱਥੇ ਵੀ ਮੈਂ ਹੁਣੇ ਥੋੜ੍ਹੀ ਦੇਰ ਪਹਿਲਾਂ ਕੁਛ ਗੱਲ ਹੋ ਰਹੀ ਸੀ ਮੇਰੇ ਦੋਸਤ ਨਾਲ ਮੈਂ ਕਿਹਾ ਕਿ
ਮੇਰੇ ਜਿਹੜੇ ਕੋ ਆਰਟਿਸਟ ਹੈ ਉਹਨਾਂ ਵਿੱਚ ਕਿਸੇ ਪ੍ਰੋਡਿਊਸਰ ਦਾ ਕਿਸੇ ਡਾਇਰੈਕਟਰ ਦਾ ਫੋਨ ਆਉਂਦਾ ਕੰਮ ਵਾਸਤੇ ਔਰ ਮੈਨੂੰ ਘਰੋਂ ਫੋਨ ਆ ਜਾਂਦਾ ਫਲਾਣੀ ਪੈਲੀ ਨੂੰ ਪਾਣੀ ਲਾ ਦਈਏ ਕਿ ਜਿਹੜੇ ਸਪਰੇਅ ਕਦੋਂ ਆ ਕੇ ਕਰਵਾਉਣੀ ਆ ਹਾਂਜੀ ਜਾਂ ਕੁਛ ਜਿਹੜੇ ਤੁਹਾਡੇ ਲਿੰਕਸ ਹੈਗੇ ਆ ਜਿੱਦਾਂ UPL ਦਾ ਉਹਨਾਂ ਦਾ ਫੋਨ ਆ ਗਿਆ ਜੀ ਹਾਂਜੀ ਤੁਹਾਡਾ ਸਪਰੇਅ ਕਰਨ ਦਾ ਟਾਈਮ ਹੋ ਗਿਆ ਸਾਡੀ ਆਹ ਵਾਲੀ ਜਿਹੜੀ ਦਵਾਈ ਵਰਤੋ ਸੋ ਜ਼ਿੰਦਗੀ ਦਾ ਮਜ਼ਾ ਆ ਰਿਹਾ ਹੁਣ ਹਾਂਜੀ ਖੇਤੀਬਾੜੀ ਪਲੱਸ ਖੂਬਸੂਰਤ ਹੈ ਜ਼ਿੰਦਗੀ ਬਹੁਤ ਖੂਬਸੂਰਤ ਹੈ ਜੀ 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 ਬਿਲਕੁਲ ਹੈਵਿੰਗ ਬੋਥ ਵਰਡਸ ਕੋਲੇ ਬਹੁਤ ਹੀ ਮਜ਼ਾ ਆ ਰਿਹਾ ਤੁਸੀਂ ਮੂਵੀ ਕਰ ਰਹੇ ਹੋ ਸਾਕ ਜੀ ਸਾਕ ਮੂਵੀ ਬਾਰੇ ਮੈਂ ਕੁਝ ਜਾਨਣਾ ਚਾਹਾਂਗੀ ਤੁਹਾਡੇ ਕੈਰੈਕਟਰ ਬਾਰੇ ਜਾਨਣਾ ਚਾਹਾਂਗੀ ਤਾਂ ਜੋ ਸਾਰੇ ਅਸੀਂ ਉਤਸੁਕਤਾ ਦੇ ਨਾਲ ਸਿਨੇਮਾ ਹਾਲ ਦੇ ਵਿੱਚ ਇਦਾਂ ਬੈਠ ਕੇ ਤੁਹਾਡੀ ਮੂਵੀ ਨੂੰ ਦੇਖੀਏ ਇੰਜੋਏ ਕਰੀਏ ਸੋ ਕੈਰੈਕਟਰ ਬਾਰੇ ਜ਼ਰੂਰ ਜਾਨਣਾ ਚਾਹਾਂਗੀ ਮੈਂ ਤੱਕ ਦੇ ਫਾਦਰ ਦਾ ਰੋਲ ਕਰ ਰਹੇ ਹਾਂ ਜੀ ਇਹਦੀ ਘਰ ਦੇ ਵਿੱਚ ਇੱਕ ਇਹੋ ਜਿਹੀ ਟ੍ਰੈਜਡੀ ਹੋਈ ਆ ਘਰ ਇੱਕ ਇਹਦੀ ਵਿਧਵਾ ਭੈਣ ਹੈਗੀ ਜੋ ਉਹਦਾ ਹਸਬੈਂਡ ਜਿਹੜਾ ਉਹ ਲੜਾਈ 'ਚ ਮਾਰਿਆ ਗਿਆ ਫੌਜੀ ਸੀ ਉਹ ਇਸ ਕਰਕੇ ਕਿ ਮਤਲਬ ਇਹ ਨਹੀਂ ਚਾਹੁੰਦਾ ਕਿ ਦੁਬਾਰਾ ਇਹੋ ਜਿਹੀ ਟ੍ਰੈਜਡੀ ਘਰ 'ਚ ਹੋਵੇ ਅਤੇ ਇੱਕ ਬੇਟੀ ਜਦੋਂ ਜਵਾਨ ਹੋਈ ਅਤੇ ਉਹ ਸੋਚ ਰਿਹਾ ਕਿ ਇਹਦਾ ਰਿਸ਼ਤਾ ਜਿਹੜਾ ਇਹੋ ਜਿਹੀ ਜਗ੍ਹਾ ਕੀਤਾ ਜਾਵੇ ਜਿੱਥੇ ਮੁੰਡਾ ਜਿਹੜਾ ਫੌਜੀ ਨਹੀਂ ਆਉਣਾ ਚਾਹੀਦਾ ਔਰ ਇਹੋ ਹੀ ਇਸ ਕਹਾਣੀ ਦਾ ਟਵਿਸਟ ਹੈ ਕਿ ਉਹ ਜਿਹੜਾ ਲੜਕਾ ਵਾ ਉਹਨੂੰ ਲੜਕੀ ਜਿਹੜੀ ਪਸੰਦ ਆਉਂਦੀ ਆ ਉਹ ਜਦੋਂ ਅਲਟੀਮੇਟਲੀ ਸਾਗ ਦੀ ਗੱਲ ਆਉਂਦੀ ਤਾਂ ਮੈਂ ਸ਼ਰਤ ਰੱਖਦਾ ਕਿ ਹੋਰ ਬਾਕੀ ਸਭ ਠੀਕ ਠਾਕ ਹੈ ਉਹ ਮੁੰਡਾ ਫੌਜੀ ਨਹੀਂ ਆਉਣਾ ਚਾਹੀਦਾ ਔਰ ਬਾਕੀ ਜਿਹੜੀਆਂ ਟਵਿਸਟ ਐਂਡ ਟਰਨਸ ਹੈਗੀਆਂ ਜੀ ਬਿਲਕੁਲ ਉਹ ਸਿਨੇਮਾ ਘਰਾਂ ਦੇ ਵਿੱਚ ਖੁੱਲਣਗੀਆਂ ਜੀ ਬਿਲਕੁਲ ਸਾਡੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਨੇ ਤੁਹਾਨੂੰ ਬੈਸਟ ਵਿਸ਼ਸ ਨੇ ਐਡਵਾਂਸ ਦੇ ਵਿੱਚ ਨਿਊ ਈਅਰ ਦੀਆਂ ਵੀ ਅਤੇ ਉਹਦੇ ਨਾਲ ਨਾਲ ਤੁਹਾਡੀ ਮੂਵੀ ਦੇ ਲਈ ਵੀ ਕਿ ਇਹ ਮੂਵੀ ਬਹੁਤ ਸਾਰਾ ਧਮਾਲ ਮਚਾ ਕੇ ਜਾਵੇ ਥੀਏਟਰਾਂ ਦੇ ਵਿੱਚ ਔਰ ਪੂਰਾ ਡੰਕਾ ਬੋਲੇ ਮੂਵੀ ਦਾ ਸਾਡੇ ਵੱਲੋਂ ਆਲ ਦੀ ਬੈਸਟ ਹੈ ਤੁਹਾਨੂੰ ਪੂਰੀ ਟੀਮ ਨੂੰ ਥੈਂਕ ਯੂ ਸੋ ਮਚ ਤੁਸੀਂ ਸਾਨੂੰ ਆਪਣਾ ਟਾਈਮ ਦਿੱਤਾ ਔਰ ਇੱਦਾਂ ਹੀ ਫਿਰ ਗੱਲਾਂ ਬਾਤਾਂ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ